ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਇਹ ਰਸਤਾ ਲੱਗਿਆ ਕਿ ਆਪਣੇ ਭਾਈ ਸਾਹਿਬ ਜੀ ਸਿੰਘ ਜੀ ਖਾਲਸਾ ਪਹੁੰਚੇ ਸੀ, ਉਸ ਟਾਈਮ ਆਪਣੇ ਇੰਨਾ ਰੋਡ ਹੋ ਗਈ ਆਪਣੇ ਪਿੰਡ ਦੀ, ਆਪਣੇ ਪਿੰਡ ਦੇ 50 ਬੰਦੇ ਸੀ ਉੱਥੇ, ਚੁੱਪ ਕੀਤੀ ਮਹਿਰੋਂ ਨਿੱਕੇ ਨਿੱਕੇ ਪਿੰਡ ਆ, ਉਹਨਾਂ ਨੇ ਪਿੰਡਾਂ ਦੇ ਮਤੇ ਪਾ ਲਏ ਵੀ ਅਸੀਂ ਕਿਸੇ ਦਾ ਪੋਲਿੰਗ ਬੂਥ ਨੀ ਲੱਗਣ ਦੇਣਾ, ਵੀ ਸਾਡੇ ਪਿੰਡ ਪੋਲਿੰਗ ਬੂਥ ਸਰਬਜੀਤ ਸਿੰਘ ਜੀ ਖਾਲਸਾ ਜੀ ਦੇ ਲੱਗੂਗਾ। ਐਡੀ ਵੱਡੀ ਕੁਰਬਾਨੀ ਆ, ਅਸੀਂ ਸਾਰਿਆਂ ਕੋਲ ਪਹੁੰਚ ਗਈ ਆਪਣੇ ਪਿੰਡ ਦੇ ਪੋਲੀਟੀਕਲ ਜਿਹੜੇ ਬੰਦੇ ਆ, ਚਲੋ ਆਪਾਂ ਉਹਨਾਂ ਨੂੰ ਕੁਛ ਨੀ ਕਹਿਣਾ ਗਾ ਵੀ ਉਹਨਾਂ ਦੀ ਮਰਜ਼ੀ ਆਉਣਾ ਨਹੀਂ ਆਉਣਾ, ਪਰ ਆਪਾਂ ਇਹ ਦੇਖਣੇ ਵੀ ਆਪਣੇ ਨਾਲ ਖੜੇ ਕੌਣ ਸੀ, ਕੌਮ ਦੇ ਲਈ ਐਡੀ ਕੁਰਬਾਨੀ ਦਿੱਤੀ, ਇੰਦਰਾ ਗਾਂਧੀ ਨੂੰ ਸੋਧਾ ਲਾਇਆ ਤੇ ਅੱਜ ਆਪਣੇ ਪਿੰਡਾਂ ਦੇ ਵਿੱਚ ਐਡੇ ਐਡੇ ਵੱਡੇ ਆਪਣੇ ਪਿੰਡ ਹੋ ਰਹੇ, ਆਪਾਂ 10-15 ਬੰਦੇ 20 ਬੰਦੇ ਉਦੋਂ ਸੀਗੇ। ਇਹ ਗੱਲ ਤਾਂ ਰੱਖਣਾ ਪਿਆ ਘਰਾਂ ਚ ਮਲਾਂਗਾ ਪਵਾ ਦੇਣਾ, ਵਾਰ ਬੰਦੀਆਂ ਕਰ ਕਰਕੇ ਘਰਾਂ ਦੇ ਘਰ ਮਾਰਦੇ ਸਾਰੇ।
ਅੱਜ ਇੱਕ ਦਾ ਮੂੰਹ ਆ, ਦੂਜੇ ਦਾ ਆਉਣ ਵਾ, ਜੇ ਚਾਰ ਘਰਦੇ ਜੀ ਆ ਚਾਰਾਂ ਦੇ ਚਾਰੇ ਪਾਸੇ ਮੂੰਹ ਆ, ਜੇ ਨਹੀਂ ਹੋਵੇ ਤਾਂ ਦੱਸ ਦਿਓ। ਇਹ ਸਾਰਾ ਪਲੈਨ ਆ, ਹੁਣ ਸਟੇਟ ਪਲੈਨ ਆ, ਕੰਮ ਕਰਦੀ ਹੈ। ਕੋਈ ਵੀ ਕੰਮ ਕਰਨਾ ਇਹ 70-80 ਸਾਲ ਦਾ ਬਾਅਦ ਦਾ ਸੋਚਣਾ ਵੀ ਉਸ ਟਾਈਮ ਦੇ ਦਾ ਇਫੈਕਟ ਕੀ ਹੋਊਗਾ। ਸੋ ਆਪਾਂ ਨੂੰ ਸਮਝਣਾ ਪੈਣਾ, ਲੋਕ ਤੇ ਕੁਝ ਨਹੀਂ ਹੋਣਾ। ਜੇ ਕਬੂਤਰ ਰੱਖਾਂ ਮੀਟ ਨੂੰ ਬਿੱਲੀ ਨੇ ਧੋਣ ਫੜਨੀ ਫੜਨੀ ਹੈ। ਸੋ ਆਪਾਂ ਕਬੂਤਰ ਨਹੀਂ ਗਏ, ਆਪਾਂ ਖਾਲਸੇ ਹਾਂ। ਫਿਰ ਖਾਲਸੇ ਨਹੀਂ, ਜਿਹੜਾ ਚੜ ਕੇ ਆਊਗਾ ਫਿਰ ਉਹ ਆਪਦੇ ਹਿਸਾਬ ਨਾਲ ਸਾਫ਼ ਕਰਦਾ। ਸੋ ਬੇਨਤੀ ਇਹੀ ਆ ਵੀ ਆਪਣਾ ਕਿੱਡਾ ਪਿੰਡ ਆ, 10,000 ਘੱਟੋ ਘੱਟ ਵੋਟ ਹੋਊਗੀ ਆਪਣੇ ਕੋਲ। ਚਲ 5,000 ਤਾਂ ਮੌਜੂਦਾ ਪਿੰਡ ਚ ਅੱਜ ਹੋਣਗੇ ਨਾ ਇਸ ਟਾਈਮ ਤੇ, ਆਪਾਂ ਪਹੁੰਚੇ ਕਿੰਨੀਆਂ ਦੇਖ ਲਓ। ਫਿਰ ਆਪਾਂ ਵਰਤਦੇ ਹਾਂ ਦੂਸਰਿਆਂ ਨੂੰ, ਕਿਸੇ ਦਾ ਪੂਰਾ ਚੜ੍ਹਾਈ ਕਰ ਗਿਆ ਉਦੋਂ ਲੈ ਲਓ, ਕਿਸੇ ਦੇ ਨਾਲ ਕਰਾਜ ਕਰਾਉਣਾ ਇਦੋਂ ਲੈ ਲਓ, ਨਹੀਂ ਸਾਨੂੰ ਕੀ ਲੋੜ ਆ ਕਿਸੇ ਨਾਲ ਬੇਅਦਬਾ ਹੋ ਕੇ ਰਿਹਾ ਉਹ ਪਿਆ ਵਰਤਦੇ ਹਾਂ ਨਾ ਆਪਾਂ। ਸੋ ਵੀਰੋ ਜ਼ਮੀਨ ਲਗਾਓ ਆਪਾਂ ਸਾਰੇ ਜਾਣੇ, ਤੁਸੀਂ ਜਾਗਰੂਕ ਵੀ ਕਰ ਲਿਆ ਜਿਹੜੇ ਪਹੁੰਚੇ ਆ। ਜਿੱਥੋਂ ਤੱਕ ਆਵਾਜ਼ ਜਾਂਦੀ ਹੈ ਸਪੀਕਰ ਤਾਂ ਹੀ ਲਵਾਇਆ, ਨਹੀਂ ਆਪਾਂ ਉਹ ਬੋਲ ਕੇ ਵੀ ਬੋਲ ਸਕਦੇ ਸੀ। ਜਿੱਥੋਂ ਤੱਕ ਆਵਾਜ਼ ਜਾਂਦੀ ਆ ਪ੍ਰਦਰਸ਼ਨ ਕਰਾ ਕੇ, ਉੱਥੋਂ ਤੱਕ ਪਹੁੰਚਾ ਕੇ ਆਵਾਜ਼ ਆਪਾਂ ਉਹਨਾਂ ਨੂੰ ਕਹੀਏ ਵੀ ਆਪਾਂ ਉਹਨਾਂ ਨਾਲ ਖੜਨਾ ਜਿਹਨਾਂ ਨੇ ਸਾਡੀ ਕੌਮ ਦੇ ਲਈ ਸ਼ਹੀਦੀ ਨਾ ਦਿੱਤਾ। ਉਹ ਸਾਰੇ ਵੀਰਾਂ ਨੂੰ ਦੇਖ ਕੇ ਸਾਡੇ ਕੋਲ ਬੋਲ ਬੈਨਰ ਵੀ ਪਏ ਆ, ਪੋਸਟਰ ਵੀ ਪਏ ਆ, ਅਸੀਂ ਤੁਹਾਨੂੰ ਦੇ ਦਾਂਗੇ। ਆਪਾਂ ਡੋਰ ਟੂ ਡੋਰ ਨਿਕਲ ਕੇ, ਵਜ਼ੀਰ ਪੱਤੀ ਵਾਲੇ, ਸਰਕਾਰ ਪੱਤੀ ਵਾਲੇ ਸਾਰੇ ਨਿਕਲ ਕੇ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।